हाँ जी, सत श्री अकाल दोस्तों। आज सुनो ट्रैक्टर दिखाने प्रीत 2650 2650 ये ट्रैक्टर है, मॉडल है ये ट्रैक्टर का। तो सू दिखाने इस शानदार जो टायर है, जो बहुत ही शानदार पाए गए ट्रैक्टर। लुक चेंज हो गई, लुक ही चेंज हो गई, एक तरह की डिफरेंट लुक आ गई। नहीं, इन्हू पतले पतले टायर आते ट्रैक्टर गार्डन वाले ट्रैक्टर के पाए होंगे टायर शायद, गार्डन गार्डन चलाते ना घा घू वढ़ते हैं ट्रैक्टर उन्होंने होंगे। जी बहरले रेसा देख लें आप मूहरों पूरा घंट ट्रैक्टर बनाया गया। तीन सिलेंडर आ गया। ਬਾਕੀ ਸਾਰਾ ਉਮੀ ਟਰੈਕਟਰਾਂ ਨੂੰ ਸਾਰਾ ਉਮੀ ਜੁਕਦੇ ਟਰੈਕਟਰਾਂ ਵਾਂਗ ਜਿਵੇਂ ਵੀ ਡਿਜ਼ਾਈਨ ਸਿੰਗਲ ਐਕਸਲ ਵਾਲਾ ਹੋਊਗਾ, ਸਿਲੰਡਰ ਲੱਗਿਆ ਹੋਇਆ, ਸਿਲੰਡਰ ਲੱਗਿਆ ਸਿੰਗਲ ਇੱਕ ਪਾਸੇ ਵਾਲੀ ਤੇ ਸੈਲਫ ਵੀ ਨਿੱਕੀ ਜੀ ਜਮਾ ਨਾ ਲੱਗੀ ਹੋਈ ਨਿੱਕਾ ਆ ਪੰਪ ਨੇ ਨਿੱਕੇ ਨਿੱਕੇ ਜਿਹਦੇ ਦੇਖ ਸਕਦੇ ਹੋ ਲੈਫਟ ਵਾਲੇ ਆਲਾ ਇਹਦਾ ਸਲੈਂਸਰ ਆ ਗਿਆ ਇਧਰਲੀ ਸਾਈਡ ਤੇ ਦੇਖ ਸਕਦੇ ਹੋ ਇੱਥੇ ਲੱਗ ਕੱਢਿਆ ਹੋਇਆ ਇਹਦਾ ਜਮਾ ਕੋਲੇ ਤਕਰੀਬਨ ਸਾਰਾ ਜਿਵੇਂ ਆਪਾਂ ਕਹਿੰਦੇ ਬਾਗ ਵਾਸਤੇ ਹਨਾ ਬਾਗਵਾਨੀ ਖੇਤੀ ਵਾਸਤੇ ਕੀਤਾ ਜੀ ਤਾਂ ਕੱਢਿਆ ਹੁੰਦਾ ਤਾਂ ਲੱਗੀ ਜਾਂਦਾ ਗਾ ਬਾਗਾਂ ਦੇ ਖੰਭਿਆਂ ਖੁੰਭਿਆਂ 'ਚ। ਇਹਦਾ ਇੰਜਨ 26 HP ਦਾ 26 HP ਦਾ ਇੰਜਨ ਆ ਗਿਆ ਇਹਦਾ ਅਤੇ ਆਇਲ ਬ੍ਰੇਕ ਆ ਗਏ ਡਿਸਕ ਬ੍ਰੇਕਾਂ 'ਚ ਅਤੇ ਆਇਲ ਬ੍ਰੇਕ ਆ ਗਈ ਜਿੱਥੇ ਬੰਨ੍ਹ ਕੇ ਖੜਾਉਣਾ ਆਪਾਂ ਉੱਥੇ ਹੀ ਖੜ ਜਾਣਗੇ। ਇਹ ਸਿਸਟਮ ਪਾਰਕਿੰਗ ਖਾਤਰ ਵੀ ਜਿੱਥੇ ਬ੍ਰੇਕ ਬੰਨ੍ਹ ਕੇ ਖੜਾਉਣਾ ਉੱਥੇ ਟਰੈਕਟਰ ਖੜ੍ਹਾ ਰਹੂਗਾ। ਅਤੇ ਆਹ ਇਹਦਾ 4Y ਗੇਅਰ ਆ ਗਿਆ, ਟੂ ਵੀਲ ਡਰਾਈਵ ਕਰਨੀ ਹੈ 4Y ਤੇ 4Y ਗੇਅਰ ਆ ਅਤੇ ਆਹ PTO ਗੇਅਰ ਆ ਗਿਆ ਡਬਲ PTO 'ਚ ਇਹ ਵੀ ਹਾਂ ਇਹ ਡਬਲ PTO ਗੇਅਰ ਹੈ ਡਬਲ PTO ਗੇਅਰ ਆ ਗਈ ਆਹ ਆ ਗਿਆ ਹਾਈ ਲੋ ਵਾਲਾ ਹਾਈ ਲੋ ਤੇ ਤਿੰਨ ਗੇਅਰ 10 ਸੈਂਟਰ ਗੇਅਰ ਆ ਗਿਆ ਆਪਣਾ ਤਿੰਨ ਗੇਅਰਾਂ 'ਚ ਅਤੇ ਬਾਕੀ ਆ ਲਾਈਟਾਂ ਵਗੈਰਾ ਆ ਗਏ ਇੱਧਰ ਥੱਲੇ ਸੁੱਚਾ ਆ ਗਈਆਂ ਕਲਸਟਰ ਵੀ ਆ ਦੇਖੋ ਇਹ ਤਾਂ ਬਹੁਤ ਸੋਹਣਾ ਡਿਜੀਟਲ ਆ ਮੀਟਰ ਡਿਜੀਟਲ ਮੀਟਰ ਆ ਜਿਹੜਾ ਉਹ ਵੀ ਲਾਇਆ ਗਿਆ ਹੈਗਾ ਲਾਈਆਂ ਕਰੋ ਦੇਖੋ ਸਾਰਾ ਦੱਸਦਾ ਫਿਊਲ ਦੇ ਸਾਰਾ ਕੁਝ ਸਿਸਟਮ ਇਹ ਤਾਂ ਗਰਮ ਦਾ ਫਿਊਲ ਦਾ ਤੇ ਰਨਿੰਗ ਟਾਈਮ ਵੀ ਦੱਸਦਾ ਹੈਗਾ ਨਾ ਟਾਈਮ ਵੀ ਦੱਸਦਾ ਹੈਗਾ ਉਹ ਤਾਂ ਚਲੋ ਆਮ ਨਾਰਮਲ ਬਾਕੀ ਸੀਟ ਬੈਲਟ ਵੀ ਲਾਈ ਗਿਆ ਦੇਖੋ ਸੀਟ ਨੂੰ ਸਾਰੀ ਸਹੂਲਤ ਸਾਰੀ ਸਹੂਲਤ ਜਿਹ
ਜਿਵੇਂ ਆਪਾਂ ਕੋਈ ਚੀਜ਼ ਹੀ ਖਿੱਚੇ ਦਿੰਦੇ ਹਾਂ ਉਹ ਜੀ ਅਰੇ ਆਮ ਰੇਸ ਵਾਂਗੂ ਨਹੀਂ ਹੈਗੀ ਡੱਕਾ ਦਾ ਲਾ ਪਿਆ ਜਮੀ ਪਤਾ ਜਮੀ ਉਸ ਹਿਸਾਬ ਨਾਲ ਲਾਇਆ ਨਾ ਉਸ ਹਿਸਾਬ ਜਿੰਨਾ ਲੱਗਿਆ ਹੋਇਆ ਕੰਟਰੋਲ ਆ ਗਿਆ ਲਿਫਟ ਦੇ ਤੇ ਬਾਕੀ ਬੈਕ ਸਾਈਡ ਤੋਂ ਦਿਖਾਉਣਾ ਸਾਨੂੰ ਤੁਹਾਨੂੰ ਆਹ ਦਿਖਾਈ ਗਈ ਇੱਕ ਨਾ ਹੁੱਡ ਵਗੈਰਾ ਹੁੱਕ ਆ ਗਈ ਬਾਕੀ ਆ ਹੁੱਡ ਵਗੈਰਾ ਸਾਤਰੀ ਲਾਉਣੀ ਆ ਉਹ ਲੱਗ ਜੂ ਇੰਡੀਕੇਟਰ ਵੇਖੋ ਸਾਈਡ ਤੇ ਕਿੰਨੇ ਵਧੀਆ ਆ ਆ ਯਾਰ ਡਿਸਟ੍ਰੀਬਿਊਟਰ ਡਬਲ ਦਿੱਤਾ ਬਣਾ ਨਿੱਕੇ ਜਿਹੇ ਟਰੈਕਟਰ ਨੂੰ ਵੀ ਇਹਨਾਂ ਨੇ ਕਈ ਸਿੰਗਲ ਆਉਂਦਾ ਥੱਲੇ ਇਹਦੇ ਡਬਲ ਸਿੰਗਲ ਇਹਦੇ ਡਬਲ ਦਿੱਤਾ ਆਪਸ਼ਨ ਦਿੱਤੀ ਟੌਪ ਮਾਡਲ ਹੈ ਮੈਨੂੰ ਲੱਗਦਾ ਟੌਪ ਮਾਡਲ ਟਰੈਕਟਰ ਹੈਗਾ ਤੇ ਆਪਾਂ ਪੀਟੀਓ ਦੀ ਪਾਵਰ ਦੀ ਗੱਲ ਕਰੀਏ ਤਾਂ ਇਹਦੀ 21.3 ਐਚਪੀ ਦੀ ਜਿਹੜੀ ਪੀਟੀਓ ਹੈ ਠੀਕ ਹੈ ਤੇ 1000 ਕੇਜੀ ਹੈ ਜਿਹੜੀ ਕੇਜੀ ਖੇਡ ਜੀ ਹੈ ਨਾ ਨਿੱਕੀ ਜਿਹੀ ਖੇਡ ਜੀ ਲਿੰਕ ਹੱਥ ਨਾਲ ਚੱਕ ਲੈ ਜਮੀਆਂ ਨਿੱਕੇ ਨਿੱਕੇ ਫੱਟੀਆਂ ਨੇ ਸਾਰੀਆਂ ਆਪਣੇ ਕੂਣੀ ਜਿਹੜੀਆਂ ਨੇ ਮਤਲਬ ਕਿ ਆ ਦੇਖ ਉਹ ਸਾਹਮਣੇ ਇੰਨੇ ਠੀਕ ਨੇ ਹਿੱਸਾ ਪੂਰਾ ਹੈਵੀ ਆ ਨਾ ਹਿੱਸਾ ਪੂਰਾ ਹੈਵੀ ਆ ਯਾਰ ਤੇਲ ਬ੍ਰੇਕਾਂ ਨੇ ਨਾ ਡਿਸਕ ਚ ਦੇਖੋ ਡੁੱਬੇ ਹੋਏ ਤੇਲ ਬ੍ਰੇਕ ਨੇ ਇਹਦੇ 2650 ਮਾਡਲ ਆ ਪ੍ਰੀਤ ਦਾ ਛੋਟਾ ਛੋਟਾ ਟਰੈਕਟਰ ਆ ਇਹ ਬਾਕੀ ਇਹਦੇ ਰਿਮ ਵੀ ਚੇਂਜ ਕੀਤੇ ਹੋਣੇ ਬਲਵਿੰਦਰ ਦੇ ਇਹ ਤਾਂ ਸਾਰਾ ਰਿਮ ਚੇਂਜ ਹੋ ਗਿਆ ਰਿਮ ਵਗੈਰਾ ਚੇਂਜ ਕਰਕੇ ਏਅਰ ਪਾਏ ਗਏ ਜਿਵੇਂ ਆਪਣੇ ਮੋਡੀਫਾਈ ਜੀਪਾਂ ਨੂੰ ਪਾਉਣੇ ਹੈਗੇ ਉਹ ਰਿਮ ਜਿਹੜੇ ਪਾਏ ਗਏ ਨੇ ਆ ਦੇਖ ਫੀਲਿੰਗ ਜ਼ਬਰਦਸਤ ਹੈ ਹਨਾ ਪੂਰੀ ਜ਼ਬਰਦਸਤ ਫੀਲਿੰਗ ਦੇਖਣਾ ਚਲਾ ਕੇ ਦੇਖਦੇ ਆ ਚਲਾ ਕੇ ਆਪਾਂ ਦਿਖਾਉਂਦੇ ਆ ਚਲਾ ਕੇ ਵੇਖੋ
ਕਿਵੇਂ ਲੱਗ ਰਿਹਾ ਉੱਧਰ ਦੇ ਆਉਂਦੇ ਮੈਨੂੰ ਗਰਾਂ ਹੁਣ ਇਹਦੇ ਅਤੇ ਬਾਕੀ ਤੁਸੀਂ ਕਮੈਂਟ ਅਸੀਂ ਵੀਡੀਓ ਕਿਉਂ ਬਣਾ ਰਹੇ ਹਾਂ ਕਿਉਂਕਿ ਲੁੱਕ ਹੀ ਚੇਂਜ ਹੋ ਗਈ ਇਹਦੇ ਟਾਇਰਾਂ ਕਰਕੇ ਆਮ ਆਪਾਂ 4x4 ਮਿੰਨੀ ਟਰੱਕ ਦੇਖਦੇ ਹਾਂ ਇੱਧਰੋਂ ਹੋ ਹੁੰਦਾ ਇਹ ਹੈ ਹਾਈ ਲੋ ਕੱਢ ਕੇ ਨਿਊਟਰਲ ਕਰਕੇ ਠੀਕ ਹੈ ਆਹ ਤੁਹਾਨੂੰ ਆਵਾਜ਼ ਸੁਣਾਈਏ ਨਾ ਸਾਈਲੈਂਟ ਟਰੈਕਟਰ ਆ ਜਮਾਂ ਹੀ ਸਾਈਲੈਂਟ ਵਾਲੀ ਫੀਲਿੰਗ ਜੀ ਆਉਂਦੀ ਆ 4x4 ਹੀ ਲਾ ਦਈਏ ਹੈ ਲਾ ਲਾ 4x4 ਲਾ ਲਾ 4x4 ਹੀ ਲਾ ਲੈ ਲੱਗ ਗਿਆ ਮਾਰਦਾ ਚੀਕਾਂ ਆ ਸਾਨੂੰ ਕੀੜਾ ਦਵਾ ਕੇ ਲਿਆਉਣਾ ਉਹ ਤੱਕ ਗੱਡੀ ਵਾਲਾ ਕੰਮ ਹੀ ਯਾਰ ਜਮਾਂ ਖੇਡਦੀ ਹੈ ਨਾ ਕਰਦਾ 26 HP ਦੇ ਵਿੱਚ ਆ ਅਤੇ ਇੱਕ ਕਹਿੰਦਾ ਮੋਡੀਫਾਈ ਕਰਵਾਇਆ ਹੋਇਆ ਟਰੈਕਟਰ ਮਿੰਨੀ ਪ੍ਰੀਤ ਦਾ 2650 ਦੇਖੀ ਕਿਤੇ ਤਾਂ ਲਾ ਦੇ ਥੋੜ੍ਹੇ ਟਾਇਰ ਉਹ ਕਰਕੇ ਲੱਗਦਾ ਗਾ ਟਾਇਰ ਛੋਟੇ ਹੋਣ ਕਰਕੇ ਕਟਾਈ ਜ਼ਿਆਦਾ ਟਾਇਰ ਜੇ ਛੋਟੇ ਹੋਣ ਥੋੜ੍ਹੇ ਜੇ ਹਾਂ ਫਿਰ ਆਪਦੇ ਆਪ ਹੋ ਜਾਊ ਲੈ ਜੂ ਖਿੱਚ ਕੇ ਵੱਡੇ ਟਰੈਕਟਰ ਨੂੰ ਹੈ ਲੈ ਜੂ ਖਿੱਚ ਕੇ ਤਾਂ ਪਤਾ ਹੀ ਨਹੀਂ ਹੁੰਦਾ ਗੇਅਰ ਵੀ ਟਾਈਟ ਆ ਉਹਦੇ ਡੀਜ਼ਲ ਟੈਂਕ ਵੀ ਉੱਪਰ ਦਿੱਤਾ ਹੋਇਆ ਜਮਾਂ ਛੋਟੀ ਹੋਣੀ ਟੈਂਕੀ ਮਤਲਬ 20 ਲੀਟਰ 25 ਦੀ ਹੋਊਗੀ ਸੋ ਦੋਸਤੋ ਕਿਵੇਂ ਲੱਗਿਆ ਟਰੈਕਟਰ ਸਾਨੂੰ ਤਾਂ ਪੂਰਾ ਘੰਟ ਲੱਗਿਆ ਚਲਾ ਕੇ ਮੈਂ ਤੇ ਬਲਜਿੰਦਰ ਨੇ ਚਲਾ ਕੇ ਦੇਖਿਆ ਬਾਕੀ ਟਾਇਰਾਂ ਦੀ ਜਿਹੜੀ ਗੱਲ ਆ ਲੋਕਾਂ ਉਹ ਪੂਰੀ ਡਿਫਰੈਂਟ ਆ 4x4 ਚ ਟਰੈਕਟਰ ਹੈ ਇਹ ਵੀਡੀਓ ਤਾਂ ਬਣਾਈ ਹੈ ਵੀ ਸਾਨੂੰ ਚੰਗੇ ਵਧੀਆ ਲੱਗੇ ਟਾਇਰ ਦੇ ਟਾਇਰਾਂ ਦਾ ਕਰਕੇ ਵੀਡੀਓ ਬਣਾਈ ਸਾਨੂੰ ਦਿਖਾਇਆ ਵੀ ਟਾਇਰਾਂ ਦੇ ਕਰਕੇ ਟਰੈਕਟਰ ਜਿਹੜਾ ਪੂਰਾ ਘੈਂਟ ਲੱਗ ਰਿਹਾ ਬਾਕੀ ਰੈੱਡ ਕਲਰ ਦਾ ਟਰੈਕਟਰ ਤਾਂ ਕਰਕੇ ਘੈਂਟ ਲੱਗ ਰਿਹਾ ਕਰਕੇ ਪ੍ਰੀਤ ਵਾਲਾ ਬਾਗਾਂ ਵਾਲਾ ਟਰੈਕਟਰ ਬਾਕੀ ਤਾਂ ਬਸ ਐਂਡ ਹੀ ਹੈ ਕਿ ਰੇਟ ਕਿੰਨਾ ਦੱਸਿਆ ਇਹਦਾ ਇਹਦਾ ਮਤਲਬ 4.25 ਲੱਖ ਰੁਪਏ ਨੂੰ ਦੱਸਿਆ ਸੀਗਾ 4.25 26 HP ਵਾਲਾ ਨਿੱਕਾ ਜਿਹਾ ਟਰੈਕਟਰ ਹੈਗਾ ਪੂਰਾ ਘੈਂਟ ਬਾਕੀ ਤੁਸੀਂ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ ਜੀ ਮਿਲਦਾ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ